ਨੌਜਵਾਨ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇ ਪਿੰਡ ਬੱਲੋ ਪਹੁੰਚੀ ਹੈ। ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਪਿੰਡ ਬੱਲੋ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ। ਪਿੱਛੇ ਐਂਬੂਲੈਂਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਸ ਪਾਸ ਕਿਸਾਨੀ ਝੰਡੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ। ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਕ ਲੰਬੇ ਕਾਫਲੇ ਦੇ ਰੂਪ ਦੇ ਵਿੱਚ ਸ਼ੁਭਕਰਨ ਦੀ ਮ੍ਰਿਤਕ ਦੇਹ ਜਿਹੜੀ ਉਸ ਨੂੰ ਲਿਆਂਦਾ ਗਿਆ ਪਿੰਡ ਬੱਲੋ ਦੇ ਵਿੱਚ। ਇਸ ਐਂਬੂਲੈਂਸ ਦੇ ਵਿੱਚ ਸ਼ੁਭਕਰਨ ਦੀ ਮ੍ਰਿਤਕ ਦੇਹ ਹੈ। ਫੁੱਲਾਂ ਦੀ ਵਰਖਾ, ਫੁੱਲਾਂ ਦੇ ਨਾਲ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼। ਪਿੰਡ ਬੱਲੋ ਜਿੱਥੋਂ ਸ਼ੁਭਕਰਨ ਹੱਸਦਾ ਖੇਡਦਾ ਆਪਣੇ ਪਰਿਵਾਰ ਦੇ ਵਿੱਚੋਂ ਰਵਾਨਾ ਹੋਇਆ ਸੀ, ਅੱਜ ਇੱਕ ਮ੍ਰਿਤਕ ਦੇਹ ਦੇ ਰੂਪ ਦੇ ਵਿੱਚ ਆਪਣੇ ਪਿੰਡ ਪਹੁੰਚਿਆ। ਸ਼ੁਭਕਰਨ ਹੱਸਦਾ ਖੇਡਦਾ ਇਹ ਨੌਜਵਾਨ ਇੱਥੋਂ ਰਵਾਨਾ ਹੋਇਆ ਸੀ ਆਪਣੇ ਘਰ ਤੋਂ। ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਦੇ ਲਈ ਇੱਥੋਂ ਗਿਆ, ਪਰ ਸ਼ਾਇਦ ਨਹੀਂ ਪਤਾ ਸੀ ਕਿ ਘਰ ਦੇ ਵਿੱਚੋਂ ਹੱਸਦਾ ਖੇਡਦਾ ਗਿਆ ਨੌਜਵਾਨ ਸ਼ੁਭਕਰਨ ਇੱਕ ਲਾਸ਼ ਦੇ ਰੂਪ ਦੇ ਵਿੱਚ ਘਰ ਪਰਤੇਗਾ। ਤਾਂ ਇਹ ਤਸਵੀਰਾਂ ਨੇ ਪਿੰਡ ਬੱਲੋ ਦੀਆਂ, ਉਹਨਾਂ ਦੇ ਘਰ ਵੱਲ ਲਿਜਾਇਆ ਜਾ ਰਿਹਾ। ਥੋੜ੍ਹੀ ਦੇਰ ਘਰੇ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਵੇਗਾ, ਪਰਿਵਾਰ ਅੰਤਿਮ ਦਰਸ਼ਨ ਕਰੇਗਾ, ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾਣੀਆਂ। ਉਸ ਤੋਂ ਬਾਅਦ ਪਿੰਡ ਦੇ ਸ਼ਮਸ਼ਾਨ ਦੇ ਬਿਲਕੁਲ ਸਾਹਮਣੇ ਜਗ੍ਹਾ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਵੱਲੋਂ ਸ਼ੁਭਕਰਨ ਦੇ ਅੰਤਿਮ ਸੰਸਕਾਰ ਦੇ ਲਈ ਦਿੱਤੀ ਗਈ ਹੈ, ਉੱਥੇ ਸੰਸਕਾਰ ਕੀਤਾ ਜਾਣਾ। ਤਾਂ ਇਹ ਸ਼ੁਭਕਰਨ ਦਾ ਪਿੰਡ ਹੈ ਬੱਲੋ। ਇਸ ਤੋਂ ਪਹਿਲਾਂ ਸ਼ਾਇਦ ਬੱਲੋ ਪਿੰਡ ਦੇ ਬਾਰੇ ਬਹੁਤੇ ਲੋਕ ਨਾ ਜਾਣਦੇ ਹੋਣ, ਪਰ ਅੱਜ ਬੱਲੋ ਪਿੰਡ ਸ਼ਹੀਦ ਸ਼ੁਭਕਰਨ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ। ਤਾਂ ਜਗਜੀਤ ਸਿੰਘ ਡੱਲੇਵਾਲ ਹੋਣੀ ਨਾਲ ਨੇ ਸ਼ੁਭਕਰਨ ਨੂੰ ਪਿੰਡ ਲੈ ਕੇ ਆਉਣ ਦੇ ਲਈ। ਡੱਲੇਵਾਲ ਸਾਹਿਬ, ਸ਼ੁਭਕਰਨ ਆਪਣੇ ਘਰ ਤਾਂ ਪਹੁੰਚ ਰਿਹਾ, ਪਰ ਜਿਹੜੇ ਰੂਪ ਦੇ ਵਿੱਚ ਉਹ ਗਿਆ ਸੀ ਹੱਸਦਾ ਖੇਡਦਾ, ਅੱਜ ਇੱਕ ਲਾਸ਼ ਦੇ ਰੂਪ ਚ ਘਰ ਆ ਰਿਹਾ। ਦੇਖੋ, ਇਹ ਸਰਕਾਰਾਂ ਦੀ ਕਰੂਰਤਾ, ਸਰਕਾਰਾਂ ਦਾ ਕਿਸਾਨਾਂ ਪ੍ਰਤੀ ਜੋ ਰਵੱਈਆ, ਉਹ ਸਾਫ ਇਸ ਗੱਲ ਦੇ ਉੱਤੋਂ ਨਜ਼ਰ ਆਉਂਦਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਆਪਦੀਆਂ ਮੰਗਾਂ, ਉਹਨਾਂ ਦੇ ਮਸਲੇ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਗੋਲੀਆਂ ਦੇ ਰਹੀ ਹੈ, ਸਰਕਾਰ ਥਰੂ ਗੈਸ ਦੇ ਗੋਲੇ ਦੇ ਰਹੀ ਹੈ, ਸਰਕਾਰ ਮੋਟਾਰ ਵਰਗੇ ਹਮਲੇ ਕਰ ਰਹੀ ਹੈ, ਉਹਨਾਂ ਦੀਆਂ ਮਸ਼ੀਨਰੀਆਂ ਨੂੰ ਭੰਨ ਰਹੀ ਹੈ। ਇਹ ਸਰਕਾਰ ਦਾ ਚਿਹਰਾ ਮਤਲਬ ਸਪਸ਼ਟ ਹੋ ਰਿਹਾ ਹੈ। ਸਰਕਾਰਾਂ ਦੀ ਜਿਹੜੀ ਆਪਣੇ ਆਪ ਨੂੰ ਕਹਿੰਦੇ ਨੇ ਕਿ ਇੱਕ ਬਹੁਤ ਵੱਡਾ ਲੋਕਤੰਤਰ ਹੈ, ਉਸ ਲੋਕਤੰਤਰ ਤੇ ਵੀ ਸਵਾਲ ਉੱਠਦੇ ਨੇ ਕਿ ਇਹ ਲੋਕਤੰਤਰ ਨਹੀਂ ਰਿਹਾ, ਅੱਜ ਡਿਕਟੇਟਰਸ਼ਿਪ ਹੋ ਕੇ ਰਹਿ ਗਿਆ ਕਿ ਆਪਦੀ ਸਟੇਟ ਦੇ ਲੋਕ, ਦੇਸ਼ ਦੇ ਲੋਕਾਂ ਨੂੰ, ਆਪਦੀ ਕੰਟਰੀ ਦੇ ਲੋਕਾਂ ਨੂੰ, ਆਪਦੀ ਮੈਂ ਕਹਾਂ ਕਿ ਰਾਜਧਾਨੀ ਦੇ ਵਿੱਚ ਜਾ ਕੇ ਆਪਦੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਇਹ ਬੜੀ ਮੰਦਭਾਗੀ ਗੱਲ ਹੈ। ਔਰ ਜਿਹੜੀ ਆਪਾਂ ਇਸ ਨੌਜਵਾਨ ਦੀ ਗੱਲ ਕਰਦੇ ਹਾਂ, ਡਿਲੀਵਰ ਸਾਹਿਬ, ਸ਼ੁਭਕਰਨ ਦੇ ਸੰਸਕਾਰ ਦੇ ਲਈ ਵੀ ਅੱਜ 9ਵਾਂ ਦਿਨ ਹੋ ਗਿਆ, 9 ਦਿਨਾਂ ਬਾਅਦ ਅੱਜ ਆਖਿਰ ਉਸਦਾ ਸੰਸਕਾਰ ਹੋਣ ਲੱਗਾ। ਇਸ ਨੌਜਵਾਨ ਦੀ ਇੱਕ ਅਦੁੱਤੀ ਕਿਸਮ ਦੀ, ਇੱਕ ਵੱਖਰੀ ਕਿਸਮ ਦੀ ਵਿਲੱਖਣਤਾ ਭਰੀ ਮਤਲਬ ਇਹ ਸ਼ਹਾਦਤ ਹੈ, ਕੋਈ ਛੋਟੀ ਜਿਹੀ ਸ਼ਹਾਦਤ ਨਹੀਂ ਹੈ ਕਿ ਸਰਕਾਰ ਨੂੰ ਮਜਬੂਰ ਨੇ ਕਹਿਣਾ ਪੈ ਗਿਆ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ, ਔਰ ਉਹ ਸ਼ਹੀਦਾਂ ਦੇ ਸ਼੍ਰੇਣੀ ਚ ਲੈ ਕੇ ਸਾਰੀਆਂ ਉਹ ਮਦਦਾਂ ਦੇਣੀਆਂ ਪਈਆਂ ਨੇ।
ਹਾਂ, ਇਹ ਜਿਹੜਾ ਸ਼ਹੀਦ ਵਾਸਤੇ ਮਾਪਿਆਂ ਵਾਸਤੇ ਬੜੀ ਸੱਟ ਲੱਗਦੀ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਜੋ ਨਾਮ ਮਾਪਿਆਂ ਦਾ, ਆਪਣੇ ਮਾਂ ਬਾਪ ਦਾ, ਉਸ ਬੱਚੇ ਨੇ ਇਸ ਪਦਵੀ ਨੂੰ ਹਾਸਲ ਕਰਕੇ ਪ੍ਰਾਪਤ ਕੀਤਾ ਹੈ, ਉਸ ਰਹਿਣ ਦੀ ਦੁਨੀਆਂ ਦੇ ਵਿੱਚ, ਕਿਸਾਨ ਸਮਾਜ ਦੇ ਵਿੱਚ ਇਹਨਾਂ ਦਾ ਨਾਮ ਮਤਲਬ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ। ਡੱਲੀਵਾਲ ਸਾਹਿਬ, ਜਿਹੜਾ ਸੰਘਰਸ਼, ਇੱਕ ਵੱਡਾ ਸੰਘਰਸ਼ ਵਿੱਢਿਆ ਗਿਆ, ਤਾਂ ਜਿਹੜੇ ਇਸ ਦੀ ਅਗਵਾਈ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਤੇ ਬੜਾ ਦਬਾਅ ਹੁੰਦਾ, ਪ੍ਰੈਸ਼ਰ ਹੁੰਦਾ, ਔਰ ਖਾਸ ਕਰਕੇ ਜਦੋਂ ਇੱਕ ਨੌਜਵਾਨ ਦੀ ਸ਼ਹਾਦਤ ਹੋ ਜਾਏ ਤਾਂ ਅੱਗੇ ਦੀ ਰੂਪ ਰੇਖਾ ਉਲੀਕਣ ਦੇ ਵਿੱਚ ਮੈਨੂੰ ਲੱਗਦਾ ਕਿ ਉਨੀਆਂ ਹੀ ਵੱਡੀਆਂ ਚੁਣੌਤੀਆਂ ਤੇ ਚੈਲੰਜ ਜਿਹੜੇ ਨੇ ਵੱਧ ਜਾਂਦੇ ਨੇ। ਅੱਗੇ ਦੀ ਰੂਪ ਰੇਖਾ ਨੂੰ ਲੈ ਕੇ ਕਿਵੇਂ ਫੈਸਲੇ ਹੋਣਗੇ? ਦੇਖੋ, ਗੱਲ ਇਹ ਹੈ, ਮੈਂ ਕੱਲ੍ਹ, ਅਸੀਂ ਦੋ ਦਿਨ ਲਗਾਤਾਰ ਇਸ ਮੰਥਨ ਵਾਸਤੇ ਰੱਖੇ ਸੀਗੇ, ਲੇਕਿਨ ਕੱਲ੍ਹ ਦੀ ਗੱਲਬਾਤ ਸ਼ੁਰੂ ਸਰਕਾਰ ਦੇ ਨੇ ਵੱਲੋਂ ਇਹਨਾਂ ਦਾ FIR ਦਰਜ ਕਰਨ ਦੇ ਉੱਤੇ, ਇਹਨਾਂ ਦਾ ਪੋਸਟਮਾਰਟਮ ਕਰਨ ਦੇ ਉੱਤੇ, ਉਹਨਾਂ ਗੱਲਾਂ ਦੇ ਉੱਤੇ ਧਿਆਨ ਸੀ ਸਾਡਾ ਸਾਰਿਆਂ ਦਾ ਕੇਂਦਰਿਤ, ਉਹਦੇ ਉੱਤੇ ਕੋਈ ਗੱਲ ਨਹੀਂ ਹੋ ਸਕੀ। ਉਹ ਗੱਲਾਂ ਬਾਅਦ ਦੀਆਂ ਨੇ, ਵਿਚਾਰ ਚਰਚਾ ਹੁੰਦੀ ਰਹੇਗੀ, ਲੇਕਿਨ ਅੱਜ ਜਿਹੜਾ ਸਾਡਾ ਧਿਆਨ ਹੈ ਸਾਰਿਆਂ ਦਾ, ਅੱਜ ਸਭ ਦਾ ਧਿਆਨ ਸਾਡੇ ਇਸ ਮਹਾਨ ਯੋਧੇ, ਇਸ ਬਹਾਦਰ ਨੂੰ ਇੱਥੇ ਅਸੀਂ ਉਹਨਾਂ ਦੀ ਗ੍ਰਹਿ ਵਿਖੇ ਲਿਆ ਕੇ ਉਹਨਾਂ ਨੂੰ ਨਤਮਸਤਕ ਹੋਣ ਆਏ ਹਾਂ, ਇਸ ਧਰਤੀ ਨੂੰ ਅਸੀਂ ਨਮਨ ਕਰਨ ਆਏ ਹਾਂ ਸਾਰੇ ਜਾਣੇ ਮਿਲ ਕੇ, ਮਤਲਬ ਅਸੀਂ ਸਾਰੇ ਦਾ ਸਾਰਾ ਮੋਰਚਾ ਇੱਥੇ ਅਸੀਂ ਮਤਲਬ ਹਾਜ਼ਰ ਹੋਏ ਹਾਂ। ਤਾਂ ਡੱਲੇਵਾਲ ਹੁਣੀ ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ, ਨਾਲ ਪਹੁੰਚੇ ਨੇ ਮ੍ਰਿਤਕ ਦੇਹ ਦੇ, ਹੁਣ ਘਰ ਜਿਹੜਾ ਹੈਗਾ ਪਹੁੰਚ ਰਿਹਾ, ਮ੍ਰਿਤਕ ਦਾ ਸਰੀਰ ਸ਼ੁਭਕਰਨ ਆਪਣੇ ਘਰ ਪਹੁੰਚ ਰਿਹਾ। ਅੱਜ ਇੱਥੋਂ ਆਖਰੀ ਵਿਦਾਈ ਸ਼ੁਭਕਰਨ ਨੂੰ ਦਿੱਤੀ ਜਾਣੀ ਹੈ, ਜਿਸ ਘਰ ਦੇ ਵਿੱਚੋਂ ਹੱਸਦਾ ਖੇਡਦਾ ਸ਼ੁਭਕਰਨ ਗਿਆ, ਅੱਜ ਉਸ ਘਰ ਦੇ ਵਿੱਚ ਸ਼ੁਭਕਰਨ ਦੀ ਲਾਸ਼ ਪਹੁੰਚੀ ਹੈ। ਤੇ ਤਸਵੀਰਾਂ ਨੇ ਜੀ ਘਰ ਦੀਆਂ, ਬੇਹੱਦ ਗਮਗੀਨ ਮਾਹੌਲ, ਔਰ ਸ਼ਾਇਦ ਕੋਈ ਵੀ ਪਰਿਵਾਰ, ਕੋਈ ਵੀ ਮਾਪੇ ਨਹੀਂ ਚਾਹੁੰਦੇ ਕਿ ਉਹਨਾਂ ਦਾ ਪੁੱਤ ਕਦੇ ਇਸ ਹਾਲਤ ਦੇ ਵਿੱਚ ਘਰ ਆਵੇ, ਇਸ ਹਾਲਤ ਦੇ ਵਿੱਚ ਘਰ ਪਰਤੇ। ਤਾਂ ਸਾਹਮਣੇ ਲੱਗੀ ਐਂਬੂਲੈਂਸ ਦੇ ਬਾਹਰ ਲੱਗੀ ਫੋਟੋ ਤੇ ਜ਼ਰੂਰ ਸ਼ੁਭਕਰਨ ਤੁਹਾਨੂੰ ਪਹਿਲੇ ਰੂਪ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ, ਪਰ ਗੱਡੀ ਦੇ ਵਿੱਚ ਪਿਆ ਸ਼ੁਭਕਰਨ, ਇੱਕ ਲਾਸ਼ ਹੈ, ਇੱਕ ਲਾਸ਼ ਦੇ ਰੂਪ ਦੇ ਵਿੱਚ ਸ਼ੁਭਕਰਨ ਘਰ ਪਰਤਿਆ। ਇਹ ਤਸਵੀਰਾਂ ਪਰਿਵਾਰ, ਕਿਸਾਨ ਆਗੂ, ਹੋਰ ਰਾਜਨੀਤਿਕ ਲੋਕ ਜਿਹੜੇ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ, ਕਿਉਂਕਿ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਆਖਰੀ ਵਿਦਾਈ ਸ਼ੁਭਕਰਨ ਨੂੰ ਦਿੱਤੀ ਜਾ ਰਹੀ ਹੈ। ਔਰ ਇੱਥੋਂ ਅੱਜ ਘਰ ਤੋਂ ਸ਼ੁਭਕਰਨ ਰਵਾਨਾ ਹੋਵੇਗਾ ਆਪਣੇ ਆਖਰੀ ਸਫ਼ਰ ਦੇ ਲਈ, ਪਿੰਡ ਬੱਲੋ, ਬਠਿੰਡਾ ਜ਼ਿਲ੍ਹੇ ਦਾ ਪਿੰਡ ਬੱਲੋ, ਜਿੱਥੇ ਸ਼ੁਭਕਰਨ ਦਾ ਘਰ ਹੈ, ਉਹਨਾਂ ਦੇ ਪਰਿਵਾਰ ਦਾ ਘਰ ਹੈ। ਕਿਸੇ ਘਰ ਤੋਂ ਰਵਾਨਾ ਹੋਇਆ ਸੀ ਤਾਂ ਉਸਦੇ ਚਾਹੁਣ ਵਾਲੇ, ਉਸ ਨੂੰ ਜਾਣਨ ਵਾਲੇ ਮਿਲ ਰਹੇ ਨੇ, ਆਖਰੀ ਦਰਸ਼ਨ ਕਰ ਰਹੇ ਨੇ ਐਂਬੂਲੈਂਸ ਦੇ ਵਿੱਚ ਹੀ। ਘਰ ਦੇ ਵਿੱਚ ਇੱਕ ਵੱਡਾ ਇਕੱਠ ਲੋਕਾਂ ਦਾ, ਇਹ ਉਹ ਲੋਕ ਨੇ ਜਿਹੜੇ ਸ਼ੁਭਕਰਨ ਨੂੰ ਅੱਜ ਸ਼ਰਧਾਂਜਲੀ ਦੇਣਾ ਚਾਹੁੰਦੇ ਨੇ, ਆਖਰੀ ਵਿਦਾਈ ਦੇਣ ਦੇ ਲਈ ਇੱਥੇ ਪਹੁੰਚੇ ਨੇ। ਘਰ ਦੀਆਂ ਤਸਵੀਰਾਂ, ਹੱਥਾਂ ਦੇ ਵਿੱਚ ਕਿਸਾਨੀ ਝੰਡੇ, ਔਰ ਕਿਸਾਨੀ ਝੰਡੇ ਦੇ ਹੇਠ ਸ਼ੁਭਕਰਨ ਅੱਜ ਇੱਕ ਲਾਸ਼ ਦੇ ਰੂਪ ਦੇ ਵਿੱਚ ਪਹੁੰਚਿਆ। ਅੱਜ ਸ਼ੁਭਕਰਨ ਦਾ 9ਵੇਂ ਦਿਨ ਸੰਸਕਾਰ ਕੀਤਾ ਜਾਣਾ, ਅੰਤਿਮ ਸੰਸਕਾਰ ਹੈ ਜਿਹੜਾ ਅੱਜ ਹੋਏਗਾ ਸ਼ੁਭਕਰਨ ਦਾ। ਪਰਿਵਾਰ ਘਰ ਦੇ ਅੰਦਰ ਮੌਜੂਦ, ਔਰ
ਘਰੇ ਪਰਿਵਾਰ ਅੰਤਿਮ ਦਰਸ਼ਨ ਕਰੇਗਾ, ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾਈਆਂ ਜਾਣਗੀਆਂ, ਜੋ ਦੁਨਿਆਵੀ ਕਾਰ ਵਿਹਾਰ ਨੇ ਉਹ ਪੂਰੇ ਕੀਤੇ ਜਾਣਗੇ, ਪਰ ਉਸ ਤੋਂ ਬਾਅਦ ਘਰ ਤੋਂ ਸ਼ਮਸ਼ਾਨ ਦੇ ਵੱਲ ਰਵਾਨਾ ਹੋਣਗੇ। ਹਾਲਾਂਕਿ ਸ਼ਮਸ਼ਾਨ ਦੇ ਬਿਲਕੁਲ ਸਾਹਮਣੇ ਜਿਹੜੀ ਜਗ੍ਹਾ ਰੱਖੀ ਗਈ ਹੈ ਉੱਥੇ ਸੰਸਕਾਰ ਕੀਤਾ ਜਾਣਾ ਹੈ। ਗੁਰਦੁਆਰਾ ਸਾਹਿਬ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਗ੍ਹਾ ਜਿਹੜੀ ਹੈ ਸ਼ੁਭਕਰਨ ਦੇ ਸੰਸਕਾਰ ਦੇ ਲਈ ਦਿੱਤੀ ਗਈ ਹੈ, ਉਸ ਜਗ੍ਹਾ ਤੇ ਸ਼ੁਭਕਰਨ ਦਾ ਸੰਸਕਾਰ ਹੋਣਾ ਸਨਮਾਨਾਂ ਦੇ ਨਾਲ, ਤਾਂ ਕਿ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ। ਕਿਉਂਕਿ ਸ਼ੁਭਕਰਨ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨੀ ਘੋਲ ਲੜਦਿਆਂ ਇਸ ਜਹਾਨੋਂ ਗਿਆ, ਇਸੇ ਲਈ ਉਸਨੂੰ ਸਰਕਾਰ ਵੀ ਸ਼ਹੀਦ ਦੇ ਵਜੋਂ ਨਿਵਾਜ ਰਹੀ ਹੈ। ਪਰਿਵਾਰ ਨੂੰ ਮਦਦ ਦੇਣ ਦਾ ਵੀ ਐਲਾਨ ਹੋਇਆ, ਤਾਂ ਤਸਵੀਰਾਂ ਸ਼ੁਭਕਰਨ ਦਾ ਅੱਜ 9ਵੇਂ ਦਿਨ ਸੰਸਕਾਰ ਆ ਜਿਹੜਾ ਉਹ ਕੀਤਾ ਜਾਣਾ, ਤਾਂ ਇਹ ਤਸਵੀਰਾਂ ਪਿੰਡ ਵੱਲੋਂ ਲੋਕ ਵਾਰੀ ਵਾਰੀ ਦਰਸ਼ਨ ਕਰ ਰਹੇ ਨੇ ਸ਼ੁਭਕਰਨ ਦੇ। ਇੱਕ ਵੱਡਾ ਇਕੱਠ ਇਹ ਘਰ ਦੀਆਂ ਤਸਵੀਰਾਂ ਨੇ, ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ, ਇਹ ਘਰ ਦੀਆਂ ਤਸਵੀਰਾਂ, ਘਰ ਦੇ ਵਿੱਚ ਲੋਕਾਂ ਦਾ ਜਮਾਵੜਾ, ਕਿਸਾਨਾਂ ਦਾ ਜਮਾਵੜਾ, ਕਿਸਾਨੀ ਝੰਡੇ, ਉਹਨਾਂ ਦੇ ਰਿਸ਼ਤੇਦਾਰ ਸੁਨੇਹੀ ਪਰਿਵਾਰ ਅੱਗੇ ਮੌਜੂਦ ਹੈ, ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸ਼ੁਭਕਰਨ ਨੂੰ ਅੱਜ ਆਖਰੀ ਵਾਰ ਸਰੀਰਕ ਰੂਪ ਦੇ ਵਿੱਚ ਮਿਲਣਗੇ। ਪਰਿਵਾਰ ਬੈਠਾ ਤਾਂ ਉਸਨੂੰ ਮੰਜੇ ਦੇ ਉੱਤੇ ਉਤਾਰਿਆ ਜਾਏਗਾ, ਮੰਜੇ ਦੇ ਉੱਤੇ ਸ਼ੁਭਕਰਨ ਨੂੰ ਘਰ ਦੇ ਵਿੱਚ ਆਖਰੀ ਵਾਰ ਇਸ ਮੰਜੇ ਤੇ ਲਟਾਇਆ ਜਾਣਾ, ਤਾਂ ਸ਼ੁਭਕਰਨ ਦੀ ਅੱਜ ਘਰ ਦੇ ਵਿੱਚ ਆਖਰੀ ਫੇਰੀ ਹੈ। ਅੱਜ ਸਰੀਰਕ ਰੂਪ ਦੇ ਵਿੱਚ ਸ਼ੁਭਕਰਨ ਸਦਾ ਲਈ ਇਸ ਘਰ ਤੋਂ ਚਲਾ ਜਾਏਗਾ, ਆਪਣੇ ਪਰਿਵਾਰ ਤੋਂ ਵਿਛੜ ਜਾਏਗਾ। ਹਾਲਾਂਕਿ ਰੂਹ ਦੇ ਰੂਪ ਦੇ ਵਿੱਚ ਉਸਨੂੰ ਵਿਛੜੇ ਹੋਏ 9 ਦਿਨ ਹੋ ਚੁੱਕੇ ਨੇ, ਪਰ ਅੱਜ ਉਸਦਾ ਸਰੀਰ ਵੀ ਜਿਹੜਾ ਅੱਜ ਮੌਤ ਤੋਂ 9 ਦਿਨ ਬਾਅਦ ਅੱਜ ਘਰ ਪਹੁੰਚਿਆ, ਤਾਂ ਮੌਤ ਤੋਂ 9 ਦਿਨ ਬਾਅਦ ਅੱਜ ਘਰ ਪਹੁੰਚਿਆ ਸ਼ੁਭਕਰਨ, ਅੱਜ ਇੱਥੋਂ ਰਵਾਨਾ ਆਖਰੀ ਸਫ਼ਰ ਤੇ ਹੋਣਾ। ਬੇਹੱਦ ਗਮਗੀਨ ਮਾਹੌਲ, ਬੇਹੱਦ ਭਾਵੁਕ ਕਰਨ ਵਾਲੀਆਂ ਤਸਵੀਰਾਂ, ਬੇਹੱਦ ਭਾਵੁਕ ਤਸਵੀਰਾਂ, ਸਿਰ ਤੇ ਹਰਾ ਪਰਨਾ, ਕਿਸਾਨੀ ਦਾ ਪ੍ਰਤੀਕ, ਕਿਸਾਨੀ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਜੂਝਦਿਆਂ, ਕਿਸਾਨ ਅੰਦੋਲਨ ਦੇ ਵਿੱਚ ਜੂਝਦਿਆਂ ਸ਼ੁਭਕਰਨ ਦੀ ਜਾਨ ਗਈ ਹੈ, ਤਾਂ ਘਰ ਲਿਆਂਦਾ ਗਿਆ ਸ਼ੁਭਕਰਨ ਨੂੰ, ਹੁਣ ਮੰਜੇ ਤੇ ਲਟਾ ਕੇ ਉਸਨੂੰ ਘਰੇ ਜਿਹੜਾ ਪਰਿਵਾਰ ਨੇ ਅੰਤਿਮ ਦਰਸ਼ਨ ਕਰ ਰਹੇ ਨੇ, ਤਾਂ ਆਖਰੀ ਦਰਸ਼ਨਾਂ ਦੇ ਲਈ ਸ਼ੁਭਕਰਨ ਨੂੰ ਉਸਦੇ ਆਖਰੀ ਜਿਹੜੇ ਕਾਰ ਵਿਹਾਰ ਨੇ ਉਹ ਵੀ ਕੀਤੇ ਜਾਣੇ ਨੇ, ਆਖਰੀ ਰਸਮਾਂ ਨੇ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ, ਪਰਿਵਾਰ ਨੇ ਆਖਰੀ ਵਾਰ ਦਰਸ਼ਨ ਕਰਨੇ ਨੇ। ਤਾਂ ਕੁਝ ਤਸਵੀਰਾਂ ਕਈ ਵਾਰ ਅਜਿਹੀਆਂ ਹੁੰਦੀਆਂ ਕਿ ਜਿਨ੍ਹਾਂ ਨੂੰ ਜ਼ਿਆਦਾ ਵਿਖਾਇਆ ਵੀ ਨਹੀਂ ਜਾ ਸਕਦਾ ਨੇੜੇ ਤੋਂ, ਭਾਵੁਕ ਕਰਨ ਵਾਲੇ ਹਾਲਾਤ, ਗਮਗੀਨ ਮਾਹੌਲ ਘਰ ਦਾ, ਆਖਰੀ ਵਾਰ ਕੁਝ ਰਸਮਾਂ ਜਿਹੜੀਆਂ ਨੇ
ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਦੂਜੇ ਪਾਸੇ ਪਰਿਵਾਰ ਉਡੀਕ ਰਿਹਾ ਸ਼ੁਭ ਕਰਨ ਨੂੰ ਕਿ ਆਖਰੀ ਵਾਰ ਸ਼ੁਭ ਕਰਨ ਨੂੰ ਵੇਖ ਲੈਣ, ਆਪਣੀਆਂ ਅੱਖਾਂ ਦੇ ਅੰਦਰ ਸਮਾ ਲੈਣ। ਸਾਹਮਣੇ ਦੂਜੇ ਪਾਸੇ ਪਰਿਵਾਰ ਹੈ, ਪਰਿਵਾਰ ਜਿਹੜਾ ਇਸ ਵੇਲੇ ਪਰਿਵਾਰ ਤੁਹਾਡੇ ਸਾਹਮਣੇ ਹੈ ਤਾਂ ਪਰਿਵਾਰ ਨੇ ਦਰਸ਼ਨ ਕਰਨੇ ਨੇ, ਪਰਿਵਾਰ ਦੇ ਕੋਲ ਲਿਜਾਇਆ ਜਾ ਰਿਹਾ ਸ਼ੁਭ ਕਰਨ ਨੂੰ। ਤੁਹਾਡੇ ਸਾਹਮਣੇ ਇਹ ਸ਼ੁਭ ਕਰਨ ਦੇ ਘਰ ਦਾ ਗਮਗੀਨ ਮਾਹੌਲ। ਸਰਵਣ ਸਿੰਘ ਪੰਧੇਰ ਹੋਣੀ, ਪੰਧੇਰ ਸਾਹਿਬ, ਸ਼ੁਭ ਕਰਨ ਆਖਰੀ ਵਾਰ ਅੱਜ ਆਪਦੇ ਘਰ ਤੋਂ ਰਵਾਨਾ ਹੋਏਗਾ। ਬਿਲਕੁਲ, ਜਿਹੜੀ ਸ਼ਹੀਦ ਸ਼ੁਭ ਕਰਨ ਸਿੰਘ ਜੀ ਸ਼ਹਾਦਤ ਆ, ਪੂਰੇ ਭਾਰਤ ਵਰਸ਼ ਦੀ ਸ਼ਹਾਦਤ ਆ। ਇਹ ਮਹਾਨ ਸ਼ਹਾਦਤ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਝੰਜੋੜਾ ਦਊਗੀ। ਔਰ ਤੁਸੀਂ ਦੇਖੋਗੇ ਵੀ ਜਿਹੜੇ ਕਾਰਜ ਵਾਸਤੇ ਸ਼ੁਭ ਕਰਨ ਸਿੰਘ ਦੀ ਸ਼ਹਾਦਤ ਹੋਈ ਆ, ਉਹ ਕਾਰਜ ਪੂਰਾ ਹੋਊਗਾ। ਅੱਛਾ, 9 ਦਿਨ ਬਾਅਦ ਅੱਜ ਘਰ ਪਹੁੰਚਿਆ ਸ਼ੁਭ ਕਰਨ, ਜਿਹੜੇ ਰੂਪ ਦੇ ਵਿੱਚ ਪੁੱਤ ਘਰੋਂ ਗਿਆ ਸੀ, ਹੱਸਦਾ ਖੇਡਦਾ, ਇੱਕ ਜੋਸ਼ ਦੇ ਵਿੱਚ, ਅੰਦੋਲਨ ਦੇ ਜੋਸ਼ ਦੇ ਵਿੱਚ, ਪਰ ਅੱਜ ਇੱਕ ਲਾਸ਼ ਬਣ ਕੇ ਘਰ ਪਰਤਿਆ। ਹਾਂ ਦੇਖੋ, ਇਹਦਾ ਤਾਂ ਹੁਣ ਮੈਂ ਕੁਛ ਬੋਲਣਾ ਨਹੀਂ ਚਾਹੁੰਦਾ। ਇਸ ਵੇਲੇ ਸ਼ਹਾਦਤ ਨੂੰ ਸਜਦਾ ਕਰਨਾ ਆ। ਦੇਸ਼ ਦੇ 140 ਕਰੋੜ ਲੋਕਾਂ ਨੂੰ ਇਸ ਗੱਲ ਦਾ ਜਵਾਬ ਤਾਂ ਮੋਦੀ ਸਰਕਾਰ ਨੂੰ ਦੇਣਾ ਪਊਗਾ ਵੀ ਇਹ ਕੀ ਕਾਰਨ ਰਹੇ, ਕਿਉਂ ਇੰਨਾ ਜਬਰ ਸਾਡੇ ਤੇ ਢਾਇਆ ਗਿਆ। ਜਿਸ ਅੰਦੋਲਨ ਦੇ ਦੌਰਾਨ ਸੰਘਰਸ਼ ਕਰਦਿਆਂ ਸ਼ੁਭ ਕਰਨ ਵਿਦਾ ਹੋਇਆ, ਪਰਿਵਾਰ ਤੋਂ ਵਿਛੜ ਗਿਆ, ਉਸ ਅੰਦੋਲਨ ਨੂੰ ਕਿਵੇਂ ਲੱਗਦਾ ਹੈ ਕਿ ਹੁਣ ਅੱਗੇ ਕੋਈ ਹੋਰ ਸ਼ੁਭ ਕਰਨ ਵੀ ਨਾ ਜਾਵੇ ਤੇ ਅੰਦੋਲਨ ਦਾ ਅਗਲੀ ਰੂਪਰੇਖਾ ਨੂੰ ਲੈ ਕੇ ਬੇਹੱਦ ਵੱਡੀ ਜ਼ਿੰਮੇਵਾਰੀ ਬਣ ਜਾਏਗੀ, ਕਿਉਂਕਿ ਜਦੋਂ ਇੱਕ ਨੌਜਵਾਨ ਸ਼ਹੀਦ ਹੋ ਜਾਂਦਾ ਤਾਂ ਆਗੂਆਂ ਤੇ ਵੀ ਦਬਾਅ ਬਣ ਜਾਂਦਾ। ਬਿਲਕੁਲ, ਦੇਖੋ ਆਗੂ ਪਹਿਲੋਂ ਵੀ ਔਰ ਪੂਰੇ ਸਾਡੇ ਅੰਦੋਲਨ ਦੇ ਵਿੱਚ ਸਾਰਾ ਪੀਸਫੁਲੀ ਰਿਹਾ। ਇੱਕ ਬੰਨੇ MSP ਗਰੰਟੀ ਕਾਨੂੰਨ ਆ, ਇੱਕ ਬੰਨੇ C2 50% ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ, ਦੂਜੇ ਬੰਨੇ ਮੋਦੀ ਸਰਕਾਰ ਆ ਤੇ ਵਿੱਚ ਅਰਧ ਸੈਨਿਕ ਫੋਰਸ ਆ। ਔਰ ਇਹ ਸਾਰੀਆਂ ਪ੍ਰਸਥਿਤੀਆਂ ਨੂੰ ਦੇਖ ਕੇ ਹੀ ਲੀਡਰਸ਼ਿਪ ਅਗਲਾ ਫੈਸਲਾ ਕਰੂਗੀ। ਤਾਂ ਬੇਹੱਦ ਗਮਗੀਨ ਮਾਹੌਲ, ਪਰ ਦੂਜੇ ਪਾਸੇ ਜਿਸ ਤਰ੍ਹਾਂ ਸਰਵਣ ਸਿੰਘ ਪੰਧੇਰ ਹੋਰਾਂ ਨੇ ਵੀ ਕਿਹਾ ਕਿ ਜਦੋਂ ਇੱਕ ਨੌਜਵਾਨ ਦੀ ਜਾਨ ਚਲੀ ਜਾਵੇ, ਸ਼ਹੀਦ ਹੋ ਜਾਏ, ਤਾਂ ਅਜਿਹੇ ਦੇ ਵਿੱਚ ਅੱਗੇ ਦੇ ਫੈਸਲੇ ਲੈਣੇ ਬੇਹੱਦ ਵੱਡੇ ਫੈਸਲੇ ਹੋ ਜਾਂਦੇ ਨੇ, ਜ਼ਿੰਮੇਵਾਰੀ ਵਾਲੇ ਫੈਸਲੇ ਹੋ ਜਾਂਦੇ ਨੇ। ਪਰਿਵਾਰ ਹੈ ਜਿਹੜਾ ਉਹ ਮਿਲ ਰਿਹਾ, ਬੇਹੱਦ ਗਮਗੀਨ ਮਾਹੌਲ। ਭੈਣਾਂ ਆਪਣੇ ਭਰਾ ਨੂੰ ਆਖਰੀ ਵਾਰ ਦੇਖਣਾ ਚਾਹੁੰਦੀਆਂ ਨੇ, ਪਰਿਵਾਰ ਸ਼ੁਭ ਕਰਨ ਨੂੰ ਆਖਰੀ ਵਾਰ ਦੇਖਣਾ ਚਾਹੁੰਦਾ, ਰਿਸ਼ਤੇਦਾਰ ਸੁਨੇਹੀ ਪਰਿਵਾਰ ਨੂੰ ਆਖਰੀ ਵਾਰ ਦੇਖਣਾ ਚਾਹੁੰਦਾ, ਮਿਲਣਾ ਚਾਹੁੰਦਾ। ਇਹ ਘਰ ਦੀਆਂ ਤਸਵੀਰਾਂ ਨੇ, ਸ਼ੁਭ ਕਰਨ ਨੂੰ ਘਰ ਲਿਆਂਦਾ ਗਿਆ, ਜਿੱਥੋਂ ਆਖਰੀ ਸਫ਼ਰ ਦੇ ਲਈ ਸ਼ੁਭ ਕਰਨ ਨੇ ਸਦਾ ਲਈ ਵਿਦਾ ਹੋ ਜਾਣਾ ਹੈ। ਇੱਥੋਂ ਅੱਗੇ ਦਾ ਸਫ਼ਰ ਸ਼ੁਭ ਕਰਨ ਨੇ ਸ਼ਮਸ਼ਾਨ ਤੱਕ, ਜਾਂ ਕਹਿ ਦਈਏ ਕਿ ਚਿਖਾ ਤੱਕ ਦਾ ਸਫ਼ਰ, ਬੇਸ਼ੱਕ ਉਸਦੇ ਨਾਲ ਉਸਦੇ ਸੁਨੇਹੀ ਪਰਿਵਾਰ ਜਾਵੇ, ਪਰ ਚਿਖਾ ਤੋਂ ਬਾਅਦ ਸ਼ੁਭ ਕਰਨ ਨੇ ਕਦੇ ਵੀ ਸਰੀਰਕ ਰੂਪ ਦੇ ਵਿੱਚ ਕਿਸੇ ਹੋਰ ਦੇ ਸਾਹਮਣੇ ਨਹੀਂ ਆਉਣਾ, ਨਹੀਂ ਮਿਲਣਾ। ਪਰ ਪਰਿਵਾਰ ਨੂੰ ਪਤਾ, ਪਰ ਬੇਹੱਦ ਭਾਵੁਕ ਗਮਗੀਨ ਮਾਹੌਲ, ਰਿਸ਼ਤੇਦਾਰ ਸੁਨੇਹੀ ਆਖਰੀ ਵਾਰ ਦੇਖ ਰਹੇ ਨੇ, ਮਿਲ ਰਹੇ ਨੇ। ਛੋਟੀ ਭੈਣ ਪਿੱਛੇ ਖੜੀ ਹੈ, ਠਠਿੰਬਰੀ ਜਿਹੀ। ਜਦੋਂ ਐਸੇ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਪਰਿਵਾਰ ਨੂੰ ਸਮਝ ਵੀ ਨਹੀਂ ਆਉਂਦੀ ਕਿ ਕੀ ਹੋ ਗਿਆ, ਕੀ ਵਾਪਰ ਗਿਆ, ਹੋ ਕੀ ਰਿਹਾ, ਪਰਿਵਾਰ ਨੂੰ ਸਮਝ ਤੱਕ ਨਹੀਂ ਆਉਂਦੀ। ਇਹ ਤਸਵੀਰਾਂ ਬੇਹੱਦ ਭਾਵੁਕ ਕਰਨ ਵਾਲੀਆਂ ਨੇ,
ਬੇਹੱਦ ਗਮਗੀਨ ਤਸਵੀਰਾਂ ਨੇ, ਭੈਣਾਂ ਖੜੀਆਂ ਨੇ, ਦਾਦੀ ਬਜ਼ੁਰਗ ਖੜੀ ਹੈ, ਹੋਰ ਰਿਸ਼ਤੇਦਾਰ ਸੁਨੇਹੀ ਇੱਥੇ ਖੜੇ ਨੇ, ਜਿਹੜੇ ਆਖਰੀ ਵਾਰ ਅੱਜ ਸ਼ੁਭਕਰਨ ਨੂੰ ਮਿਲਣਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ। ਤਾਂ ਇਹ ਉਸ ਘਰ ਦੀਆਂ ਤਸਵੀਰਾਂ ਨੇ ਜਿੱਥੋਂ ਸ਼ੁਭਕਰਨ ਹੱਸਦਾ ਖੇਡਦਾ ਗਿਆ ਸੀ, ਹੱਸਦਾ ਖੇਡਦਾ ਰਵਾਨਾ ਹੋਇਆ ਸੀ। ਪਰ ਇੱਥੋਂ ਜਾਣ ਤੋਂ ਬਾਅਦ ਸ਼ੁਭਕਰਨ ਪਰਤਿਆ, ਅੱਜ ਇੱਕ ਲਾਸ਼ ਦੇ ਰੂਪ ਦੇ ਵਿੱਚ, ਸ਼ੁਭਕਰਨ ਵਾਪਸ ਪਰਤਿਆ ਆਪਣੇ ਘਰ, ਇੱਕ ਲਾਸ਼ ਦੇ ਰੂਪ ਦੇ ਵਿੱਚ ਅੱਜ ਘਰ ਆਇਆ। ਸ਼ਾਇਦ ਇਸ ਗੱਲ ਦੀ ਕਿਸੇ ਨੇ ਕਦੇ ਕਾਮਨਾ ਨਹੀਂ ਕੀਤੀ ਹੋਣੀ ਕਿ ਉਹਨਾਂ ਦਾ ਪੁੱਤ, ਉਹਨਾਂ ਦਾ ਪਰਿਵਾਰ ਦਾ ਕੋਈ ਜੀ ਇਸ ਹਾਲਤ ਦੇ ਵਿੱਚ ਘਰ ਆਵੇ। ਸ਼ਾਇਦ ਹੀ ਕੋਈ ਵੀ ਪਰਿਵਾਰ ਆਪਦੇ ਕਿਸੇ ਆਪਣੇ ਨੂੰ, ਆਪਣੇ ਚਾਹੁਣ ਵਾਲੇ ਜੀ ਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ, ਨਾ ਹੀ ਕਾਮਨਾ ਕਰਦਾ। ਪਰ ਸ਼ਾਇਦ ਇਸ ਪਰਿਵਾਰ ਦੇ, ਸ਼ਾਇਦ ਇਹਨਾਂ ਦੇ ਨਸੀਬ, ਇਹਨਾਂ ਦੇ ਕਰਮ ਕੁਝ ਅਜਿਹੇ ਸੀ ਕਿ ਇਹ ਸਭ ਵਾਪਰਨਾ ਤੇ ਹੋਣਾ ਲਿਖਿਆ ਸੀ। ਕਿਸਾਨੀ ਅੰਦੋਲਨ ਦੇ ਦੌਰਾਨ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ, ਜੋ ਕੁਝ ਵਾਪਰਿਆ ਉਹ ਤੁਹਾਡੇ ਸਾਹਮਣੇ ਹੈ।